ਹਾਂਜੀ ਸਲਾਮ, ਸਤਿ ਸ਼੍ਰੀ ਅਕਾਲ ਇੰਡੀਆ, ਪਾਕਿਸਤਾਨ, ਇੰਗਲੈਂਡ। ਔਰ ਅੱਜ ਇੱਕ ਬਹੁਤ ਜ਼ਬਰਦਸਤ ਸ਼ੌਂਕੀ ਨਾਲ ਤੁਹਾਨੂੰ ਸਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਮੁਰਗੇ ਬਹੁਤ ਜ਼ਿਆਦਾ ਧੁਮਾ ਪਾ ਰਹੇ ਆ, ਬਹੁਤ ਜ਼ਿਆਦਾ। ਇੱਕ ਨੰਬਰ 'ਤੇ ਉਸਤਾਦ ਆ ਸਰਦਾਰ ਮਨਜੀਤ ਸਿੰਘ, ਔਰ ਆਓ ਤੁਹਾਨੂੰ ਉਹਨਾਂ ਦੇ ਨਾਲ ਬੁਲਾਉਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਹ ਸਰਦਾਰ ਮਨਜੀਤ ਸਿੰਘ ਹੈਗੇ ਸਾਡੇ, ਔਰ ਇਹ ਬੜੇ ਸ਼ੌਂਕੀ ਹੈਗੇ ਆ ਰਾਹਨਾਂ ਦੀਆਂ ਮੁਰਗੀਆਂ ਵਾ ਜੀ। ਪਹਿਲਾਂ ਤੁਹਾਨੂੰ ਮੁਰਗੀ ਦਿਖਾ ਦਈਏ। ਦੇਖੋ ਜੀ ਮੁਰਗੀ ਦਾ ਚਿਹਰਾ ਦੇਖੋ ਜੀ, ਚੋਂਚ ਦੇਖੋ। ਵੀਰ ਜੀ ਆਪਾਂ ਨੂੰ ਕਿਸ ਨਾਮ ਨਾਲ ਪਕਾਰਨੇ, ਕੀ ਹੈ ਨਾਂ ਇਸ ਮੁਰਗੀ ਦਾ? ਤਾਜ ਹੈ ਜੀ, ਮੁਰਗੀ ਬਾਜਰੀ। ਤਾਜ ਬਾਜਰੀ, ਬਾਜਰੀ ਦਾ ਰੰਗ ਹੈ। ਹਾਂਜੀ। ਇਹ ਡੰਡੇ ਦੇਖੋ ਜੀ, ਬਹੁਤ ਜ਼ਬਰਦਸਤ ਡੰਡੇ ਆ। ਮੁਰਗੀਆਂ ਦੀ ਡਾਇਟ ਕੀ ਹੁੰਦੀ, ਕੁਛ ਦੱਸੋਗੇ? ਬਾਜਰਾ, ਮਕਈ, ਕਣਕ, ਰੋਟੀ। ਰੋਟੀ ਨੂੰ ਦੇਸੀ ਘਿਓ ਲਾਇਆ ਜਾ ਸਕਦਾ? ਹਾਂਜੀ ਹਾਂਜੀ। ਜਦੋਂ ਮੁਰਗੀ ਆਂਡੇ ਤੇ ਆਉਂਦੀ ਆ ਉਦੋਂ ਕੀ ਕਰਨਾ ਚਾਹੀਦਾ? ਉਦੋਂ ਇਹਨੂੰ ਜਿੰਨੀ ਚੰਗੀ ਤੋਂ ਚੰਗੀ ਖੁਰਾਕ ਮਿਲੇ, ਅੱਛਾ, ਓਨੇ ਬੱਚੇ ਗਾਂ ਪਾਵਰਫੁਲ ਬਣਦੇ ਆ। ਔਰ ਆਮ ਤੌਰ 'ਤੇ ਛੋਟੇ ਬੱਚਿਆਂ ਦੀ ਪ੍ਰੋਬਲਮ ਆਉਂਦੀ ਕਿ ਹਾਈਟ ਛੇਤੀ ਨਹੀਂ ਵੱਧਦੀ। ਹਾਂਜੀ। ਉਹਦੇ ਵਾਸਤੇ ਕੋਈ ਟੀਕਾ, ਕੋਈ ਦਵਾਈ, ਕੋਈ ਤੁਹਾਡੇ ਨਜ਼ਰ 'ਚ? ਟੀਕਾ ਦਵਾਈ ਕੋਈ ਨਹੀਂ ਵਰਤੀਦਾ ਜੀ ਅਸੀਂ। ਹਾਂਜੀ। ਸਿਰਫ ਇਹਨਾਂ ਨੂੰ ਸੁੰਡੀ ਚਾਹੀਦੀ, ਗੋਹੇ ਦੀ। ਗੋਹੇ ਦੀ ਸੁੰਡੀ? ਦੀ ਸੁੰਡੀ ਤੋਂ ਇਹ ਬਹੁਤ ਜਲਦੀ ਤਿਆਰ ਹੁੰਦੇ ਆ। ਮਤਲਬ ਤੁਹਾਡਾ ਕਿ ਪ੍ਰੋਟੀਨ ਚਾਹੀਦਾ? ਹਾਂਜੀ। ਅਤੇ ਜੇ ਪ੍ਰੋਟੀਨ ਦੀ ਘਾਟ ਆਪਾਂ ਆਂਡੇ ਨੂੰ ਉਬਾਲ ਕੇ ਖਵਾ ਦਈਏ, ਉਹ ਗੱਲ ਨਹੀਂ ਬਣਦੀ? ਨਹੀਂ ਬਣਦੀ, ਉਹਦੇ ਨਾਲ ਗਰਮੀ ਹੋ ਜਾਂਦੀ ਹੈ। ਉਹਦੇ ਨਾਲ ਗਰਮੀ ਹੋ ਜਾਂਦੀ। ਜਿਹੜਾ ਗੋਹੇ ਦੇ ਵਿੱਚੋਂ ਸੁੰਡੀ ਮਿਲਣੀ ਨਾ, ਉਹ ਇੱਕ ਕਿਸਮ ਦਾ ਇਹਨਾਂ ਨੂੰ ਕੱਚਾ ਮਾਸ ਮਿਲ ਜਾਣਾ। ਅੱਛਾ, ਕੱਚਾ ਮਾਸ? ਕੱਚਾ ਮਾਸ ਹੀ ਮਿਲ ਜਾਣਾ ਖਾਣ ਨੂੰ। ਮੈਂ ਉਹ ਆਮ ਤੌਰ 'ਤੇ ਜਿਪਸੀ ਲੋਕ ਜਿਹੜੇ, ਜਿਹਨਾਂ ਨੂੰ ਆਪਾਂ ਟੱਪਰੀ ਵਾਸ ਕਹਿੰਦੇ ਹਾਂ, ਉਹਨਾਂ ਨੂੰ ਮੈਂ ਮੀਟ ਖਵਾਉਂਦਿਆਂ ਵੇਖਿਆ ਮੁਰਗੇ ਨੂੰ, ਮੀਟ ਖਾਣ ਵਾਲਾ ਮੁਰਗਾ ਲੜੇਗਾ ਨਹੀਂ ਸਹੀ, ਉਹਨੂੰ ਸਾਹ ਚੜੇਗਾ। ਅੱਛਾ ਅੱਛਾ ਅੱਛਾ। ਜੋ ਕੱਚਾ ਮਾਸ ਖਾਣ ਵਾਲਾ ਨਾ, ਜਿਹੜਾ ਜਿਹੜਾ ਅੱਧਾ ਤਿਆਰ ਹੋਇਆ, ਹਾਂਜੀ, ਉਹਦੇ ਵਿੱਚ ਹੱਡੀ ਨਹੀਂ ਹੁੰਦੀ, ਉਹ ਸਿਰਫ ਲਾਵਾ ਹੀ ਹੁੰਦਾ ਜਿਹੜਾ ਸਰੀਰ ਨੂੰ ਚਾਹੀਦਾ ਵਧਣ ਵਾਸਤੇ। ਓਕੇ ਓਕੇ। ਉਹ ਜਾਨਵਰ ਨੂੰ ਤਿਆਰ ਹੀ ਮਿਲ ਜਾਂਦਾ। ਓਕੇ ਓਕੇ, ਗੋਹੇ ਦੇ ਵਿੱਚੋਂ। ਠੀਕ ਹੈ। ਔਰ ਹੁਣ ਤੁਸੀਂ ਥੱਲੇ ਛੱਡ ਕੇ ਵਿਖਾਓਗੇ ਮੁਰਗੀ? ਛੱਡ ਦਿਓ ਜੀ, ਜਾਣ ਦਿਓ ਜੀ। ਆਹ ਮੁਰਗੀ ਹੈ ਜੀ, ਔਰ ਇਹਨਾਂ ਦਾ ਤੁਹਾਨੂੰ ਮੁਰਗਾ ਵੀ ਦਿਖਾਉਂਦੇ ਹਾਂ। ਓਕੇ, ਸਤਿ ਸ਼੍ਰੀ ਅਕਾਲ ਔਰ ਸਲਾਮ।